ਵਿਜੈ ਸਾਹਿਬ, ਜੀ ਜੀ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਜਿਹੜਾ ਵਾਕਿਆ ਹੋਇਆ ਫੈਸਲਾਬਾਦ ਦੇ ਵਿੱਚ, ਹਾਂ, ਇਹ ਜਿਹੜੀ ਕੋਲਡ ਡਰਿੰਕ ਵਾਲੀ ਗੱਡੀ ਜਾ ਰਹੀ ਸੀ ਉਹਦਾ ਐਕਸੀਡੈਂਟ ਹੋ ਗਿਆ। ਡਰਾਈਵਰ ਜਿਹੜਾ ਉਹ ਚਲੋ ਆਪਣੀ ਬਚਾਓ ਵਾਸਤੇ ਅੱਗੇ ਪਿੱਛੇ ਹੋ ਗਿਆ, ਠੀਕ ਹੈ, ਅਤੇ ਉਹ ਨਸ ਭੱਜ ਗਿਆ। ਗੱਡੀ ਦੇ ਵਿੱਚ ਜਿਹੜੀਆਂ ਬੋਤਲਾਂ ਨਾਲ ਡਿੱਗ ਡੁੱਗ ਗਈਆਂ ਨੇ, ਠੀਕ ਹੈ, ਅਤੇ ਇਹ ਜਿਹੜੀ ਸਾਡੀ ਵਾਹਮ ਹੈ, ਅਸੀਂ ਹੁਣ ਇਹਦੇ ਬਾਰੇ ਕੀ ਕਵੀਏ? ਮਿਸਾਲ ਦੇ ਤੌਰ ਕਿ ਇਹਨਾਂ ਨੂੰ ਬੰਦਾ ਆਖੇ ਵੀ ਇਹ ਸੁਧਰ ਸਕਦੀ ਨਾ, ਇਹ ਬਿਲਕੁਲ ਨਹੀਂ ਵਾਮ ਸੁਧਰ ਸਕਦੀ। ਦੇਖੋ, ਅਸੀਂ ਬਾਈਕਾਟ ਕੀਤੇ ਹੈ ਆਪੂ ਪੈਸੇ ਦੇ ਕੇ ਖਰੀਦ ਕੇ ਲੈਣ ਦਾ। ਜਾ ਜਾ, ਅਸੀਂ ਇਹ ਬਾਈਕਾਟ ਨਹੀਂ ਕੀਤੇ ਹੈ ਕਿ ਅਸੀਂ ਜਿਹੜੀ ਮੁਫਤ ਚੀਜ਼ ਲੱਭੀ ਤਾਂ ਉਹ ਵੀ ਨਹੀਂ ਅਸੀਂ ਲੈਣੀ। ਨਹੀਂ 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 ਪੂਰੀ ਦੁਨੀਆ ਵਿੱਚ ਜਿਤਨੀਆਂ ਵੀ ਇਹ ਕੰਪਨੀਆਂ ਦਾ ਅਸੀਂ ਬਾਈਕਾਟ ਕੀਤੇ ਆ, ਉਹ KFC ਹੋ ਜਾਏ, ਮੈਕਡੋਨਲਡ ਹੋ ਜਾਏ, ਕੋਕ ਹੋ ਜਾਏ, ਸ਼ੈਜ਼ਾਨ ਹੋ ਜਾਏ, ਕੁਛ ਵੀ ਹੋ ਜਾਏ, ਉਹ ਸਾਰੀਆਂ ਪਾਕਿਸਤਾਨੀ ਆਵਾਮ 'ਤੇ ਹੱਸਦੀਆਂ ਨੇ ਪਈਆਂ, ਔਰ ਉਹ ਇਹ ਵੇਖ ਰਹੀਆਂ ਨੇ ਕਿ ਇਹ ਇਸ ਕੌਮ ਨੇ ਸਾਡਾ ਬਾਈਕਾਟ ਕਰਨਾ, ਇਹ ਕਰ ਹੀ ਨਹੀਂ ਸਕਦੀ। ਦੇਖੋ, ਇੱਕ ਜਗ੍ਹਾ 'ਤੇ ਇਸ ਤਰ੍ਹਾਂ ਪਹਿਲੇ ਵੀ ਇੱਕ ਵਾਕਿਆ ਹੋਇਆ ਸੀ ਕਿ ਪੈਟਰੋਲ ਵਾਲੀ ਗੱਡੀ, ਪਤਾ ਇੱਕ ਐਕਸੀਡੈਂਟ ਹੋਇਆ, ਇਹੀ ਗੱਲ ਹੈ, ਠੀਕ ਹੈ, ਅਤੇ ਆਵਾਮ ਨੇ ਮੁਫਤ ਪੈਟਰੋਲ ਸਮਝ ਕੇ ਅਤੇ ਉਹ ਲੈਣਾ ਸ਼ੁਰੂ ਕਰ ਛੱਡਿਆ। ਉਹਦੇ ਕਾਫੀ ਬੰਦੇ ਨੁਕਸਾਨ ਵੀ ਹੋਏ, ਨੁਕਸਾਨ ਕਾਫੀ ਸਾਰੇ ਫੈਮਲੀਆਂ ਨੁਕਸਾਨ ਹੋ ਗਈਆਂ ਪੂਰੀਆਂ। ਇਸੇ ਤਰ੍ਹਾਂ ਹੀ ਅਗਰ ਅੱਜ ਕੋਕ ਦਾ 1,000 ਰੁਪਏ ਦਾ ਡਾਲਾ, ਉਸ ਬਾਈਕਾਟ ਨੂੰ ਤੁਸੀਂ ਕਾਠ ਮਾਰਨੀ ਹੈ, ਕੀ ਕਰਨਾ ਉਸ ਬਾਈਕਾਟ ਨੂੰ? 1,000 ਰੁਪਏ ਦਾ ਡਾਲਾ ਉਹ ਤੁਹਾਨੂੰ ਮੁਫਤ ਲੱਭਦਾ ਪਿਆ ਤਾਂ ਲੈ ਕੇ ਨਸੀ ਜਾਂਦੇ ਨੇ ਜਾਂ ਕੋਈ ਦੀਨ ਮਾਨ ਨਹੀਂ ਰਹਿ ਗਿਆ ਸਾਡਾ, ਸਾਡੀ ਆਵਾਮ ਦਾ ਸਾਡਾ ਕੋਈ ਦੀਨ ਮਾਨ ਨਹੀਂ। ਅਸੀਂ ਵੀ ਉਹਨਾਂ ਵਿੱਚ ਹੀ ਹੈ, ਲੇਕਿਨ ਗੱਲ ਕਰਨ ਦਾ ਮਤਲਬ ਇਹ ਹੈ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਆਵਾਮ ਨੂੰ ਕਿ ਇਹ ਮਿਸਾਲ ਦੇ ਤੌਰ 'ਤੇ ਬਾਹਰ ਦੀਆਂ ਜਿਹੜੀਆਂ ਕੰਟਰੀਆਂ ਨੇ ਸਾਡੇ ਤੋਂ ਹੱਸਦੀਆਂ ਨੇ ਵੀ, ਬਿਲਕੁਲ ਤਾੜੀਆਂ ਮਾਰਦੀਆਂ ਨੇ, ਬਿਲਕੁਲ ਹੱਸਦੀਆਂ ਜਿਹੋ ਜਿਹੇ ਸਾਡੇ ਕੰਮ ਨੇ। ਅਸੀਂ ਕਹਿ ਦੇ ਤੂੰ ਬਾਈਕਾਟ ਕਰਨਾ, ਮਿਸਾਲ ਦੇ ਤੌਰ 'ਤੇ ਵੀ ਜੇ ਅਸੀਂ 1,000 ਰੁਪਏ ਮਰ ਵਿਕਦੇ ਫਿਰਨੇ, 1,000 ਰੁਪਏ ਪਿੱਛੇ, ਬਿਲਕੁਲ ਹਾਂਜੀ, ਠੀਕ ਹੈ ਨਾ, 1,000 ਰੁਪਈਏ ਮਗਰ ਡਰਾਈਵਰ ਨੱਸ ਗਿਆ, ਉਹਦੀ ਚਲੋ ਮਜਬੂਰੀ ਆਈ ਜਾਂ ਆਪਣੇ ਬਚਾਓ ਵਾਸਤੇ ਜਾਂ ਉਹਨੂੰ ਲਾਓ, ਨੱਸ ਸਕਦਾ ਉਹ ਨੱਸ ਸਕਦਾ ਆਪਣੇ ਬਚਾਓ ਵਾਸਤੇ, ਨੱਸ ਸਕਦਾ। ਲੇਕਿਨ ਪਾਕਿਸਤਾਨੀ ਆਵਾਮ ਨੂੰ ਚਾਹੀਦਾ ਆ, ਉਹ ਜਿਤਨਾ ਵੀ ਕੋਕ ਅਗਰ ਬਾਈਕਾਟ ਸਮਝਦੇ ਨਾ ਕਰਨਾ ਅਸੀਂ ਜਾਂ ਅਸੀਂ ਬਾਈਕਾਟ ਕੀਤੇ ਆ ਕੀਤੇ, ਉਹ ਪੂਰੀ ਦੀ ਪੂਰੀ ਗੱਡੀ ਦੇ ਜਿਤਨੀਆਂ ਬੋਤਲਾਂ ਆਈਆਂ ਉਹ ਲੈ ਕੇ ਕਿਸੇ ਨਹਿਰ ਵਿੱਚ ਡੋਲ ਛੱਡਦੇ ਜਾਂ ਜਾਂ, ਉਹ ਆਦੇ ਵੀ ਅਸੀਂ ਬਾਈਕਾਟ ਕੀਤੇ ਆ, ਅਸੀਂ ਇਸرائیਲੀ ਪ੍ਰੋਡਕਟ ਨੂੰ ਨੁਕਸਾਨ ਪਹੁੰਚਾਇਆ, ਨੁਕਸਾਨ ਪਹੁੰਚਾਇਆ, ਠੀਕ ਹੈ, ਸਮਝ ਆਉਂਦੀ। ਲੇਕਿਨ ਇਹਨਾਂ ਨੇ ਸਮਝਿਆ ਵੀ ਇੱਕ ਇੱਕ ਡਾਲਾ ਚੁੱਕੋ ਨਸੋ ਤੇ ਆਪਣੇ ਜਾ ਕੇ ਮੁਫਤ ਪੀਆ। ਮੈਂ ਪਹਿਲਾਂ ਵੀ ਉਹ ਸਾਡੇ ਇੱਥੇ ਆਟੇ ਦਾ ਬੁਰਾਨ ਦੇ ਵਿੱਚ ਨਹੀਂ ਇਤਨੀ ਕੀ ਮਿਸਾਲ ਦੀ ਜ਼ਲਾਲਤ ਦੇਖੀ ਹੈ ਵੀ ਜਿਤਨੀ ਉਹ ਲੋਕਾਂ ਦਾ ਅਸੀਂ ਦੇਖਿਆ, ਬਿਲਕੁਲ, ਤੇ ਦੋ ਦੋ ਚਾਰ ਚਾਰ ਪੰਜ ਪੰਜ ਡਾਲੇ ਫੈਮਿਲੀਆਂ ਉੱਥੇ ਆ ਕੇ, ਬੱਚੇ ਲੱਗੇ ਨੇ, ਵੱਡੇ ਲੱਗੇ ਨੇ, ਔਰਤਾਂ ਲੱਗੀਆਂ ਨੇ ਜਨਾਬ ਡਾਲੇ ਚੁੱਕੇ ਤੇ ਉਹ ਇਕੱਠੇ ਕਰ ਰਹੇ ਨੇ, ਠੀਕ ਹੈ। ਇੱਥੇ ਉਹ ਬਾਸਾ ਮਿਸਾਲ ਸੈੱਟ ਹੁੰਦੀ ਹੈ ਵੀ ਮੁਫਤ ਦੀ ਸ਼ਰਾਬ ਕਾਜ਼ੀ ਵੀ ਨਹੀਂ ਛੱਡੀ। ਹਾਂਜੀ, ਇਸਦਾ ਮਤਲਬ ਇਹ ਹੀ ਹੈ ਕਿ ਅੱਜ ਉਹ ਅਗਰ ਕੋਕ ਦਾ ਡਾਲਾ ਮੁਫਤ ਹੈ ਜਾਂ ਉਹ ਡਰਾਈਵਰ ਨੱਸ ਗਿਆ, ਇਹਨਾਂ ਬੰਦਿਆਂ ਸਮਝਿਆ ਵੀ ਸਾਨੂੰ ਮੁਫਤ ਲੱਭਦੇ ਆ, ਅਸੀਂ ਲੈ ਜਾਈਏ। ਇਸੇ ਤਰ੍ਹਾਂ ਹੀ ਅਗਰ ਅੱਜ ਡੀਲ ਲਾ ਦੇਵੇ KFC ਮੈਕਡੋਨਲਡ ਜਾਂ ਜਿਤਨੇ ਵੀ ਇਹਨਾਂ ਦੇ ਬ੍ਰਾਂਡ ਨੇ ਕਿ ਅਸੀਂ ਇਹ ਬਰਗਰ ਮੁਫਤ ਦੇ ਰਹੇ ਹਾਂ, ਤੁਸੀਂ ਦੇਖਿਓ ਕਿਸ ਤਰ੍ਹਾਂ ਰਸ਼ ਪੈਂਦਾ। ਸਾਡੀ ਕੌਮ ਨਹੀਂ ਬਾਈਕਾਟ ਕਰ, ਇਸੇ ਤਰ੍ਹਾਂ ਹੋਣਾ, ਇਹ ਨਹੀਂ ਠੀਕ ਹੋ ਸਕਦੇ। ਅਸੀਂ ਇਸਲਾਮੀ ਕਮਿਊਨਿਟੀ ਦੇ ਜਿਤਨੇ ਮੁਲਕ ਨੇ ਇਕੱਠੇ ਹੋ ਹੀ ਨਹੀਂ ਸਕਦੇ ਜਾ ਜਾ।